ਵਾਕੀ ਦਾਰੁਲ ਹਕੂਮਤ ਇਸਲਾਮਾਬਾਦ ਦੇ ਸਸਤੇ ਇਤਵਾਰ ਬਾਜ਼ਾਰ ਹਜ਼ਾਰਾਂ ਦੀ ਤਾਦਾਦ ਵਿੱਚ ਸ਼ਹਿਰੀ ਫਾਇਦਾ ਚੁੱਕਦੇ ਨੇ ਤਾਂ ਹਮ ਇੱਥੇ ਮੌਜੂਦ ਚੀਜ਼ਾਂ ਦੀ ਕਦੀ ਕੁਆਲਿਟੀ ਤੇ ਕਦੀ ਕੀਮਤਾਂ ਤੇ ਮਸਾਇਲ ਪੈਦਾ ਹੁੰਦੇ ਨੇ ਇਤਵਾਰ ਬਾਜ਼ਾਰ ਇਸ ਟਮਾਟਰ 70 ਰੁਪਏ ਲਹਿਸਨ 184 ਰੁਪਏ ਪਾਲਕ 10 ਰੁਪਏ ਗੱਡੀ ਸਬਜ਼ ਮਿਰਚ 60 ਰੁਪਏ ਕਿਲੋ ਮੂਲੀ 8 ਰੁਪਏ ਫੁੱਲ ਗੋਭੀ 20 ਰੁਪਏ ਕਿਲੋ ਗਾਜਰ 14 ਰੁਪਏ ਤੇ ਫਲਾਂ ਵਿੱਚ ਮਾਲਟਾ 60 ਰੁਪਏ ਦਰਜਨ ਸੇਬ ਅੱਛੀ ਕੁਆਲਿਟੀ 96 ਰੁਪਏ ਕਿਲੋ ਅਮਰੂਦ 25 ਰੁਪਏ ਕੇਲਾ 50 ਰੁਪਏ ਦਰਜਨ ਫਰੋਖਤ ਹੋ ਰਿਹਾ ਹੈ ਆਵਾਮ ਇਸ ਹਵਾਲੇ ਨਾਲ ਦੋ ਰਾਏ ਰੱਖਦੇ ਨੇ ਇੱਕ ਪਾਸੇ ਕਿਹਾ ਜਾਂਦਾ ਹੈ ਇਤਵਾਰ ਬਾਜ਼ਾਰ ਰਿਲੀਫ ਪਹੁੰਚਾ ਰਹੇ ਨੇ ਇਹਦਾ ਪਰਪਸ ਜਾਂ ਮਕਸਦ ਉਹ ਇਹ ਹੀ ਹੈ ਕਿ ਲੋਕਾਂ ਨੂੰ ਕੁਆਲਿਟੀ ਵਾਲੀਆਂ ਚੀਜ਼ਾਂ ਇੱਕ ਜਗ੍ਹਾ ਤੇ ਮناسب ਕੀਮਤਾਂ ਤੇ ਮਿਲ ਜਾਣ ਜੇ ਅਪ ਇੰਟਰਨੈਸ਼ਨਲ ਮਾਰਕੀਟ ਨਾਲ ਕੰਪੇਅਰ ਕਰੇ ਤਾਂ ਆਈ ਥਿੰਕ ਇ ਬਲੇਸਿੰਗ ਹੈ ਆਈ ਰੀਅਲੀ ਡੋਨਟ ਥਿੰਕ ਇਟ ਇਟ ਇ ਐਕਸਪੈਂਸਿਵ ਮਾਰਕੀਟ ਨੂੰ ਔਰ ਇਤਵਾਰ ਬਾਜ਼ਾਰ ਦਾ ਮੁਆਵਜ਼ਾ ਮੁਆਵਜ਼ਾ ਨਾ ਕੀਤਾ ਜਾਏ ਤੇ ਸਾਨੂੰ ਤੇ ਇਤਵਾਰ ਬਾਜ਼ਾਰ ਵਿੱਚ ਬੜੀਆਂ ਸਸਤੀਆਂ ਚੀਜ਼ਾਂ ਮਿਲਦੀਆਂ ਜਿਹੜੀ ਚੀਜ਼ ਮਾਰਕੀਟ ਦੇ ਵਿੱਚ 50 ਰੁਪਏ ਨੇ ਜੀ ਉਹ ਇੱਥੇ ਸਾਨੂੰ 30 ਰੁਪਏ ਮਠਰੀ ਤੁਸੀਂ ਦੇਖ ਲਓ ਕਿ ਇੱਥੇ 30 ਰੁਪਏ ਮਿਲ ਰਿਹਾ ਹਾਂ ਫਰਕ ਹੈ ਯਾਰ ਇੱਥੇ ਮਹਿੰਗਾਈ ਤੇ ਹੈ ਲੇਕਿਨ ਇਹ ਕਿ ਥੋੜਾ ਜਿਹਾ ਕੰਟਰੋਲ ਹੈ ਗਵਰਨਮੈਂਟ ਦਾ ਤਾਂ ਹਮ ਦੂਜੇ ਪਾਸੇ ਐਸੇ ਇਤਵਾਰ ਬਾਜ਼ਾਰ ਤੋਂ ਲੋਕਾਂ ਨੂੰ ਬਹੁਤ ਸੀ ਸ਼ਿਕਾਇਤਾਂ ਵੀ ਨੇ ਫਾਇਦਾ ਕੋਈ ਨਹੀਂ ਮਾਰਕੀਟ ਦਾ ਵੀ ਉਹੀ ਰੇਟ ਹੈ ਬਾਜ਼ਾਰ ਦਾ ਵੀ ਉਹੀ ਰੇਟ ਹੈ ਚੀਜ਼ਾਂ ਜੋ ਹੈ ਨਾ ਉਹ ਇਤਨੀ ਮਿਆਰੀ ਨਹੀਂ ਹੈ ਖਾਸ ਤੌਰ ਤੇ ਟਮਾਟਰ ਦਾ ਰੇਟ ਉਹ ਕਾਫੀ ਹਾਈ ਹੈ ਜ਼ਿਆਦਾ ਹੈ ਆ ਮੈਂ ਇੱਕ ਦੇਜ ਕੀ ਆਂਦੀ 120 ਇਤਨੀ ਮਹਿੰਗਾਈ ਆਈ ਹੈ ਦੇਖੋ ਨਾ ਆਜ ਸਬਜੀ ਉਸੇ ਵੀ ਦੁਨੀ ਹੋ ਗਈ ਹੈ ਉਸੇ ਵੀ ਦੁਨੀ ਹੋ ਗਈ ਹੈ ਤਾਂ ਕੀ ਕਰੇ ਇਨਸਾਨ ਕੋਈ ਫਰਕ ਨਹੀਂ ਦਿਸਦਾ ਇਹ ਹਿਸਾਬ ਹੈ ਇਹ ਕੁਆਲਿਟੀ ਦੇ ਹਿਸਾਬ ਸੇ ਤਾਂ ਜ਼ਿਆਦਾ ਹੀ ਹੈ ਜੇ ਕੁਆਲਿਟੀ ਮਤਲਬ ਲੋ ਕੁਆਲਿਟੀ ਆ ਮਿਲ ਰਹੀ ਹੈ ਇਤਨੀ ਅਚੀ ਕੁਆਲਿਟੀ ਨਹੀਂ ਮਿਲ ਰਹੀ ਨਾ ਹਕੂਮਤ ਕੋ ਦਹਿਸ਼ਤ ਗਰਦੀ ਕੰਟਰੋਲ ਹੋ ਰਹੀ ਨੇ ਪ੍ਰਾਈਸਾਂ ਕੰਟਰੋਲ ਹੋ ਰਹੀਆਂ ਨੇ ਅੱਜ ਇਹ ਫਾਰਮਰ ਸੇ ਸਾਥ ਬਿਆਨ ਸੀ ਅੱਜ ਕਿ ਇੰਡੀਆ ਕੋਲੋਂ ਪਿਆਜ਼ ਸਬਸਿਡੀ ਦੀ ਕੱਟ ਦੇ ਕੇ ਭੇਜਿਆ ਜਾ ਰਿਹਾ ਇੰਡੀਆ ਚ ਆਪਨੇ ਬੰਦੇ ਰੋ ਰਹੇ ਨੇ ਪਿਆਜ਼ ਨੂੰ ਉੱਥੇ ਸਸਾ ਮਿਲ ਰਿਹਾ ਹੈ ਚੀਜ਼ਾਂ ਖਰੀਦੀਆਂ ਲੇਕਿਨ ਇਤਨਾ ਬੜਾ ਕੱਟ ਮਤਲਬ ਫਰਕ ਨਹੀਂ ਪਿਆ ਹੋਈ ਚੀਜ਼ਾਂ ਪੁਰਾਣੇ ਰੇਟਾਂ ਪਰ ਹੀ ਮਿਲ ਰਹੀਆਂ ਮਹਿੰਗਾਈ ਹੈ ਕੋਈ ਚੀਜ਼ ਬੰਦਾ ਖਰੀਦ ਨਹੀਂ ਸਕ اور حکومت میں رہ کے غریبوں کا بھلا کرنا چاہیے کسی چیز تے ریٹ پوچھ لو اسمان تے گلا کر رہا کمن نو چاہیے کہ نہیں کنٹرول کر سکتے برائے مہربانی کرسی چھوڑ دین اے ملک تے رحم کرن عوام تے رحم کرن پاکستان تے رحم کرن اے حکومت چھوڑ دین اگر نہیں کسی چیز تے کنٹرول کر سکتے مارکیٹاں دی مہنگائی تے اتنی زیادہ ہے کہ اودے حساب نال تے اے بازار دی تھوڑا جا کوئی کاٹوٹ ہے کہ ایسی کچھ کھا سکدے ہیں بہت زیادہ ہر چیز نے مہنگائی لگی ہے 10 15 روپے دی ٹنیاں دی گٹی دے رہے ہیں ਤੇ 40 ਰੁਪਏ ਮਟਾ ਦੇ ਰਹੇ ਆ ਪੈਟਰੋਲੀਅਮ ਮਸਨਵਾਦ ਦੀ ਕੀਮਤਾਂ ਵਿੱਚ ਇਜ਼ਾਫਾ ਵਾਪਸ ਪਿਆਜ਼ ਦੀ ਭਾਰਤ ਬਰਾਮਤ ਤੇ پابੰਦੀ ਦੇ ਬਾਵਜੂਦ ਮਹਿੰਗਾਈ ਦਾ ਸਹਿਰਾਬ ਥਮਦਾ ਨਜ਼ਰ ਨਹੀਂ ਆਂਦਾ ਇਤਵਾਰ ਬਾਜ਼ਾਰ ਵਿੱਚ ਮਿਲਣ ਵਾਲੇ ਫਾਇਦੇ ਦੇ ਹਵਾਲੇ ਨਾਲ ਆਵਾਮ ਦੀ ਮਿਲੀ ਜੁਲੀ رائے ਸਾਹਮਣੇ ਆਈ ਹੈ ਤਾਂ ਹਮ ਹੁਣ ਵੀ ਹਕੂਮਤ ਦੀ ਤਰਫੋਂ ਲੋਕਾਂ ਦੀ ਫਲਾਹ ਲਈ ਬਿਹਤਰ ਇਕਦਮਾਤ ਕਰਨ ਦੀ ਜ਼ਰੂਰਤ ਹੈ ਕੈਮਰਾਮੈਨ ਉਸਮਾਨ ਗੁਜਰ ਦੇ ਨਾਲ ਹਮਾਦ ਬਲਗਾਰੀ ਆਪਣਾ ਨਿਊਜ਼ ਇਸਲਾਮਾਬਾਦ